कस्बा नरोड जमल सिंह में घर की छत गिरने का मामला सामने आया है। जानकारी मुताबिक हादसा वार्ड नंबर 2 में हुआ बताया गया, जहां रहने वाले बोधराज परिवार का कहना है कि ये तो अच्छा हो गया कि वो सभी लोग कमरे के बाहर काम में लगे हुए थे और अचानक से घर की छत नीचे गिर पड़ी, जिससे कि किसी भी तरह की जानमाल का नुकसान तो नहीं हुआ, लेकिन घर में पड़ा कीमती सामान चकनाचूर हो गया। बोधराज का कहना है कि जो उनके जैसे गरीब लोग हैं, उन्हें पक्के घर बनाने के लिए सरकारी ग्रांट नहीं मिली, जबकि जो जिनके पहले से ही पक्के मकान हैं, उन्हें ग्रांट दे दी गई है। ਮੇਰਾ ਨਾਂ ਸੁਰਿੰਦਰ ਕੁਮਾਰ। ਕੀ ਗੱਲ ਹੋਈ ਸਵੇਰੇ? ਸਵੇਰੇ ਜਿੱਦਾਂ ਅਸੀਂ ਉੱਠੇ ਹਾਂ, ਨਾਲ ਦੀ ਨਾਲ ਹੀ ਅਸੀਂ ਬਾਹਰ ਆਏ ਹਾਂ, ਥੋੜ੍ਹਾ ਕਮਰਾ ਡਿੱਗਣ ਲੱਗਿਆ। ਉਹਦੇ ਬਾਅਦ ਜਦੋਂ ਦਰਵਾਜ਼ਾ ਖੋਲ੍ਹ ਕੇ ਦੇਖਿਆ, ਨਾਲ ਦੀ ਨਾਲ ਕਮਰਾ ਧੜਾਮ ਦੇਣ ਡੇ ਪਿਆ। ਇੰਨਾ ਸ਼ੁਕਰ ਹੈ ਕਿ ਅਸੀਂ ਸਾਰੇ ਬਾਹਰ ਸੀ। ਬਾਹਰ ਇਹ ਆ ਵੀ ਜਾਨ ਮਾਲ ਦਾ ਜਿਹੜਾ ਨੁਕਸਾਨ ਜਿਹੜਾ ਸੀ, ਇਹ ਬੱਚਿਆਂ ਬੁੱਚਿਆਂ ਦਾ ਇਹ ਨਹੀਂ ਹੈ ਕਿਸੇ ਦਾ। ਬਾਕੀ ਜੋ ਵੀ ਹੈ ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਜੀ 1-1.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਅਤੇ ਕੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ? ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਦੇ ਹਾਂ ਕਿ ਚਲੋ ਜੀ ਦੇਖਿਆ ਜਾਵੇ, ਔਰ ਨਾਲ ਦੀ ਨਾਲ ਹੀ ਇਹ ਆ ਵੀ ਜਿਹਨਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਦਿੱਤੀਆਂ ਜਾਣ ਗ੍ਰਾਂਟਾਂ। ਸਾਡੀ ਵਾਰਡ ਦੇ ਕੋਈ ਨਹੀਂ ਆਇਆ ਜੀ, ਕਿਉਂਕਿ ਅਸੀਂ 3 ਭਰਾ ਇੱਥੇ ਰਹਿੰਦੇ ਹਾਂ। ਸਾਡੇ ਆ ਕੇ ਦੇਖ ਲਓ ਵੀ ਸਾਡੇ ਕਮਰੇ ਦੇਖ ਲਓ ਅਤੇ ਕੀ ਹੈਗਾ। ਸਾਡੀ ਵਾਰਡ 'ਚ ਗਲੀਆਂ 'ਚ ਦੇਖ ਲਓ ਆ ਕੇ, ਸਾਡੇ ਨਾਲ 3-4 ਘਰ ਨੇ, ਸਾਰੇ ਇਸ ਤਰ੍ਹਾਂ ਹੀ ਨੇ। ਕੋਈ ਨਾ ਕੋਈ ਆਹ ਦੇਖੋ ਜੀ, ਬਾਹਰ ਅਸੀਂ ਮੰਜੇ ਲਾਏ ਦੇ ਆ, ਬਾਹਰ ਅਸੀਂ ਇੰਨੀ ਠੰਡ ਆ ਗਈ, ਬਾਹਰ ਅਸੀਂ ਸੋਂਦੇ ਹਾਂ, ਅਸੀਂ ਕੀ ਕਰੀਏ ਜੀ ਦੱਸੋ। ਇਹ ਤਾਂ ਹੁਣ ਪ੍ਰਸ਼ਾਸਨ ਅੱਗੇ ਹੋਈ ਹੈ ਬੇਨਤੀ ਵੀ ਆ ਕੇ ਦੇਖੇ ਅਤੇ ਸਾਡਾ ਮੌਕਾ ਦੇਖੇ ਅਤੇ ਆ ਕੇ ਇਨਸਾਫ ਕਰੇ। ਕੀ ਨਾਂ ਜੀ ਆਪਣਾ? ਮੇਰਾ ਨਾਂ ਸੁਰਿੰਦਰ ਕੁਮਾਰ। ਕੀ ਸਵੇਰੇ ਬੜਾ ਕੀ ਰੌਲਾ ਪਿਆ ਗਲੀ 'ਚ? ਕੀ ਗੱਲ ਹੋਈ? ਰੌਲਾ ਪਿਆ ਜੀ, ਉਹ ਜ਼ਿਆਦਾ ਮਾੜਾ ਬੰਦਾ ਸਬਜ਼ੀ ਰੇੜੀ ਫੜੀ ਲੈਂਦਾ, ਉਹਦਾ ਲੈਂਟਰ ਸਾਰਾ ਡਿੱਗ ਪਿਆ ਜੀ। ਅੱਛਾ। ਅਤੇ ਅਸੀਂ ਸਰਕਾਰ ਕੋਲ ਮੰਗ ਕਰਦੇ ਹਾਂ, ਇਹ ਸਾਡੀ ਵਾਰਡ ਨੰਬਰ 1-2 'ਚ ਆ ਕੇ ਦੇਖੋ ਜੀ, ਹਾਲਾਤ ਦੇਖੋ ਆ ਕੇ। ਪੱਕੇ ਲੈਂਟਰ ਜਿਨ੍ਹਾਂ ਦੇ ਆ ਉਹਨਾਂ ਦੀ ਗਰਾਂਟਾਂ ਮਿਲ ਗਈਆਂ ਜੀ, ਸਿਫਾਰਸ਼ੀ ਲੈਂਟਰ ਸਿਫਾਰਸ਼ੀ ਲੋਕਾਂ ਨੂੰ ਕਰਕੇ ਇਹ ਪ੍ਰਧਾਨ ਜਿਹੜੇ ਬਣੇ ਆ ਜੀ, ਇਹਨਾਂ ਸਾਰਾ ਹੀ ਉਹ ਕਿੰਨਾ ਦਾ ਮਿਲੀ ਭਗਤ ਕਰਕੇ ਜੋ ਵੀ ਕੀਤੇ ਦਾ ਜੀ, ਦੇਖ ਲਓ ਆ ਕੇ ਇਨਕੁਆਇਰੀ ਕਰਾਓ ਸਰਕਾਰ ਅੱਗੇ। ਸਾਡੀ ਮੰਤਰੀ ਸਾਹਿਬ ਅੱਗੇ ਅਰਦਾਸ ਹੈ ਜੀ, ਮੰਤਰੀ ਸਾਹਿਬ ਜੀ ਤੁਸੀਂ ਆਪਣਾ ਇਸ ਹਲਕਾ ਵਾਰਡ ਨੰਬਰ 2 'ਚ ਦੇਖੋ ਜੀ, ਆ ਕੇ ਕੋਠੀਆਂ ਵਾਲਿਆਂ ਨੂੰ ਗਰਾਂਟਾਂ ਪਾਸ ਹੋਈਆਂ ਜੀ, ਅਤੇ ਗਰੀਬ ਬੰਦੇ ਨੂੰ ਕੁਛ ਨਹੀਂ। ਇਸ ਮਹੱਲੇ ਦੇ ਵਿੱਚ ਹੋਰ ਵੀ ਕੱਚੇ ਘਰ ਨੇ? ਹਾਂਜੀ ਹਾਂਜੀ ਸਰ, ਇਸੇ ਮਹੱਲੇ ਦੇ ਅਸੀਂ 7 ਘਰ ਹਾਂ, ਜਿਹਦੇ 3 ਕੱਚੇ ਆ ਜੀ। ਉਹ ਕੱਚੇ ਵੀ ਇਹੋ ਜਿਹੇ ਨਾ ਗਿਰਨ ਵਾਲੇ ਜੀ, ਸਮਝੋ ਅੱਜ ਗਿਰ ਗਏ, ਹਾਦਸੇ ਦਾ ਇੰਤਜ਼ਾਰ ਪ੍ਰਸ਼ਾਸਨ ਕਰ ਰਿਹਾ ਜੀ ਮੇਰੇ ਹਿਸਾਬ ਨਾਲ। ਕੀ ਮੰਗ ਕਰਦੇ ਹੋ? ਮੰਗ ਕਰਦੇ ਅਗਰ ਇਨਸਾਫ ਕੀਤਾ ਜਾਏ, ਜਿੱਦਾਂ ਲੋਕਾਂ ਨੂੰ ਗਰਾਂਟਾਂ ਮਿਲੀਆਂ, ਹੱਕ ਵਾਲੇ ਨੂੰ ਹੱਕ ਮਿਲ ਦਿੱਤਾ ਜਾਏ। ਕਿੰਨਾ ਕੁ ਨੁਕਸਾਨ ਹੋਇਆ? ਇਹਨਾਂ ਦਾ ਨੁਕਸਾਨ ਘੱਟੋ ਘੱਟ ਜੀ ਮਾੜੇ ਬੰਦੇ ਦਾ 1-1.5 ਲੱਖ ਦਾ ਨੁਕਸਾਨ ਹੋ ਗਿਆ ਜੀ। ਠੀਕ ਹੈ ਨਾ ਜੀ, ਇਹ ਸਬਜ਼ੀ ਫੜੀ ਨਾਲ 1-1.5 ਲੱਖ ਰੁਪਇਆ ਹੋਣਾ ਪੂਰਾ ਹੋਣਾ ਜੀ। ਭਾਈ ਆਪਣਾ ਬਹੁਤ ਰਾਜ ਜੀ, ਕੀ ਗੱਲਬਾਤ ਹੋਈ ਹੈ? ਗੱਲਬਾਤ ਇਹ ਹੈ ਵੀ ਸਵੇਰੇ ਅਸੀਂ ਰਾਤ ਸੁੱਤਦੇ ਸੀ, ਜਿੱਦਾਂ ਅਸੀਂ ਬਾਹਰ ਨਿਕਲੇ ਹਾਂ ਅਤੇ ਵਿਹੜੇ 'ਚ ਆਇਆ ਅਸੀਂ, ਉੱਦਾਂ ਸਾਡਾ ਲੈਂਟਰ ਜਿਹੜਾ ਦਬ ਡਿੱਗ ਪਿਆ, ਸਾਰਾ ਲੈਂਟਰ ਥੱਲੇ ਡਿੱਗ ਪਿਆ। ਹਾਂ, ਸਾਰਾ ਲੈਂਟਰ ਡਿੱਗ ਪਿਆ। ਅਤੇ ਪਰਿਵਾਰ ਸਮਾਨ ਸਾਰਾ ਥੱਲੇ ਆ ਗਿਆ ਤਾਂ ਪਰਿਵਾਰ, ਇੰਨਾ ਰੱਬ ਦਾ ਸ਼ੁਕਰ ਹੈ ਵੀ ਪਰਿਵਾਰ ਸਾਡਾ ਬਚ ਗਿਆ ਹੈ। ਅਤੇ ਕੀ ਮੰਗ ਕਰਨਾ ਚਾਹੁੰਦੇ ਪ੍ਰਸ਼ਾਸਨ? ਅਸੀਂ ਸਰਕਾਰ ਅੱਗੇ ਇਹੋ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਜਿਨ੍ਹਾਂ ਨੂੰ ਕਿਸੇ ਜ਼ਰੂਰਤ ਹੈ, ਗਰਾਂਟ ਉਹਨਾਂ ਨੂੰ ਦਿੱਤੀ ਜਾਵੇ, ਅਤੇ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਹੈ ਉਹਨਾਂ ਨੂੰ ਤਾਂ ਗਰਾਂਟਾਂ ਮਿਲ ਰਹੀਆਂ ਨੇ। ਸਾਰੇ ਪੱਕੇ ਮਕਾਨਾਂ ਵਾਲਿਆਂ ਨੂੰ ਗਰਾਂਟਾਂ ਮਿਲ ਰਹੀਆਂ ਨੇ। ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ? ਸਾਡਾ ਸਾਰਾ ਸਮਾਨ ਆ ਗਿਆ ਥੱਲੇ ਜੀ, ਸਾਰਾ ਮੌਕਾ ਆ ਕੇ ਦੇ ਸਕਦੀ ਸਰਕਾਰ, ਅਤੇ ਜਿਹਨੂੰ ਜ਼ਰੂਰਤ ਆ ਉਹ ਆ ਕੇ ਦੇਖੋ, ਘਰ ਘਰ ਆ ਕੇ ਸਰਵਾ ਕਰੋ, ਹਾਂ ਫਿਰ ਤਾਂ ਪਤਾ ਲੱਗੇ, ਅਤੇ ਘਰ ਘਰ ਆ ਕੇ ਸਰਵਾ ਕਰੋ ਅਤੇ ਜਿਹਨੂੰ ਜ਼ਰੂਰਤ ਆ ਉਹਨੂੰ ਮਿਲਣੀ ਚਾਹੀਦੀ ਕਿ ਜਾਂ ਨਹੀਂ ਮਿਲਣੀ ਚਾਹੀਦੀ।
ਇਹ ਸਭ ਸਿਫਾਰਸ਼ੀ ਕੰਮ ਹੋਣ ਲੱਗੇ। ਕੀ ਨਾਮ ਹੈ ਤੁਹਾਡਾ? ਆਸ਼ਾ ਦੇ। ਕੀ ਗੱਲ ਹੋਈ ਸਵੇਰੇ? ਇਹ ਸਾਰਾ ਲੈਂਡ ਸਾਰਾ ਡਿੱਗਿਆ, ਸਾਰਾ ਸਮਾਨ ਅੰਦਰ ਪੈਦਾ ਹੀ ਹੈ ਅਤੇ ਸਾਡੇ ਬੱਚੇ ਵੀ ਬੜੇ ਮੁਸ਼ਕਿਲ ਬਚੇ ਨੇ। ਅਸੀਂ ਅੰਦਰੋਂ ਬਾਹਰ ਅਸੀਂ ਬੈਠੇ ਅਤੇ ਅਸੀਂ ਦਗਾ ਤਰਪਾਲ ਲਾਏ ਦੀ, ਅਸੀਂ ਸਾਰਾ ਸਮਾਨ ਅੰਦਰ ਪੈਦਾ ਸਾਡਾ, ਅਸੀਂ ਸਾਰੇ ਬੜੀ ਮੁਸ਼ਕਿਲ ਅਸੀਂ ਬਚੇ। ਅਸੀਂ ਮੌਕਾ ਦੇਖੋ ਆ ਗਿਆ ਸਾਡਾ ਸਮਾਨ ਆ, ਤਿੰਨ ਪੇਟੀ ਚ ਪੇਟੀ ਆ, ਸਾਰਾ ਸਮਾਨ ਸਾਡਾ ਅੰਦਰ ਪੈਦਾ ਸੀ। ਆਈਆ ਦੇਖ ਸਕਦੇ, ਮੌਕਾ ਦੇਖ ਸਕਦੇ ਤੁਸੀਂ। ਕੀ ਮੰਗ ਕਰਦੇ ਸਰਕਾਰ ਤੋਂ? ਮੌਕਾ ਇਹ ਸਰਕਾਰ ਵੀ ਸਾਡਾ ਮੌਕਾ ਆਈਏ ਦੇਖ ਲੈਣਾ, ਆਈਏ ਇਹੋ ਬੇਨਤੀ ਹੈ, ਸਾਡਾ ਮੌਕਾ ਦੇਖ ਲੈਣਾ ਆਈਏ ਅੰਦਰ। ਨਮਸਕਾਰ। ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗ ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ ਆਓ, ਇਲਾਜ ਕਰਾਓ। ਸਲਾਹ ਰਿਹਾ ਤੁਹਾਡਾ ਭਰਾ ਤੁਹਾਡੇ ਦੁੱਖ ਸੁੱਖ ਚ ਹਾਜ਼ਰ ਹੈ। ਧੰਨਵਾਦ।